بسم اللہ الرحمن الرحیم یا کنا بدو وییا ک نستین السلام علیکم جی اللہ دے فضل نال اللہ دے کرم نال امید ہے ਤੁਸੀਂ بھی خیر و خیریت نال ਹੋو گے اللہ تعالی ਤੁہانوں بیماریاں تو پریشانیاں تو محفوظ رکھے آمین ਤੁਸੀਂ دیکھ دے پے اپنا یوٹیوب چینل ایگری کھانے وال میں ہوں محمد عمران ہاں جی جی بھائی جی اج اپا اپنے کھیتاں دے وچ آئے ہوئے ہاں اپنے رقبے تے آئے ہوئے ہیں اپنی زمین تے آئے ہوئے ہیں ਉਦਾਜੀ ਤੁਹਾਨੂੰ ਵਿਜ਼ਿਟ ਕਰਾਵਾਂਗੇ ਦੇਸੀ ਬਲੌਗ ਤੇ ਦੇਸੀ ਮਾਹੌਲ ਤੇ ਦੇਸੀ ਵੀਡੀਓ ਉਹ ਉਹਦੇ ਉਹ ਹੀ ਤੁਹਾਨੂੰ ਅੱਜ ਡਾਊਨਲੋਡ ਕਰਕੇ ਦਿਖਾਵਾਂਗੇ ਕਿਹੜੀ ਕਿਹੜੀ ਐਪ ਤੁਹਾਨੂੰ ਸ਼ਾਇਦ ਖੋਨੇ ਆਓ ਚਲਿਏ ਕਿਹੜੀ ਕਿਹੜੀ ਸ਼ਾਇਦ ਆ ਵਿਜ਼ਿਟ ਕਰੋਨੇ ਆਓ ਚਲਿਏ ਤੁਹਾਨੂੰ ਵਿਜ਼ਿਟ ਕਰਾਈਏ ਹਾਂਜੀ ਜੀ ਬਾਈ ਜੀ ਵੀ ਆਤਾ ਆਪਣੀ ਨਾ ਵੀ ਖੇਤਰੀ ਕਾਸ਼ਤ ਸੀ ਕਣਕ ਵੀ ਪਛੇਤੀ ਬੀਜੀ ਹੋਈ ਸੀ ਅਗੇਤੀ ਨਹੀਂ ਸੀ ਸਾਰਿਆਂ ਤੋਂ ਖੇਤਰੀ ਇਹੀ ਕਣਕ ਬੀਜੀ ਸੀਗੀ ਤੇ ਲੇਕਿਨ ਇਹਦੇ ਤੇ ਆਪਾਂ ਵੀ ਖਰਚਾ ਤਾਂ ਠੀਕ ਕਰ ਲਿਆ ਕਰ ਦਿੱਤਾ ਸੀਗਾ ਇਹ ਇਹ ਨਹੀਂ ਕਿ ਉਹ ਖਰਾਕ ਥੋੜੀ ਜਿਆਦਾ ਪਾ ਦਿੱਤੀ ਆ ਰਾਤੀ بارش ਤੇ ਮਿਹਰੀ ਤੇ ਗੜੇ ਆਏ ਆ ਉਹਦੀ ਵਜੇ ਨਾਲ ਨਾ ਕਣਕ ਦਾ ਵਾਹ ਵਾ ਹੀ ਕਾਫੀ ਨੁਕਸਾਨ ਹੋਇਆ ਪਿਆ ਦੇਖੋ ਨਾ ਐਸੇ ਤਰੀਕੇ ਨਾਲ ਹੀ ਕਾਫੀ ਇਹ ਜਿਹੜੀ ਹੈ ਇਸ ਫੀਲਡ ਦੇ ਵਿੱਚ ਆਪਣੇ ਨੁਕਸਾਨ ਹੋਇਆ ਪਿਆ ਬਾਕੀ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਕਿਹੜੀ ਸ਼ਹਿਰ ਤੁਹਾਨੂੰ ਦਿਖੋਣਾ ਉਹਦਾ ਵੀ ਵਿਜ਼ਿਟ ਕਰੋਨਾ ਆਓ ਚੱਲੀਏ ਅੱਗੇ ਹੁਣ ਹਾਂਜੀ ਜੀ ਬਾਈ ਜੀ ਵੀ ਅੱਗੇ ਤੱਕ ਤੁਹਾਨੂੰ ਲੈ ਕੇ ਜਾਣਾ ਹੀ ਆਪਾਂ ਹਰ ਸ਼ੈ ਤੁਹਾਨੂੰ ਦਿਖਾਉਣਾ ਕਿਉਂਕਿ ਆਪਾਂ ਖੇਤਾਂ ਦੇ ਵਿੱਚ ਆਪਣੇ ਜ਼ਮੀਨ ਦੇ ਵਿੱਚ ਆਏ ਆ ਖੇਤਾਂ ਦੇ ਵਿੱਚ ਆਏ ਆ ਸਾਰੇ ਵਿਜ਼ਿਟ ਕਰਾਵਾਂਗੇ ਸਾਰਾ ਤੁਹਾਨੂੰ ਦਿਖਾਵਾਂਗੇ ਲੇਕਿਨ ਇਹ ਜਿਹੜੀ ਆਪਣੀ ਕਾਨਕਸੀ ਗੰਧਮ ਸੀ ਫਸੇਤਰੀ ਸੀਗੀ ਡਿਗ ਪਈ ਆ ਕਾਫੀ ਜ਼ਿਆਦਾ ਡਿਗ ਪਈ ਆ ਹਰੀ ਡਿਗ ਪਈ ਆ ਤਾਂ ਨੁਕਸਾਨ ਵੀ ਕਾਫੀ ਜ਼ਿਆਦਾ ਵਾ ਇਸ ਵਾਸਤੇ ਨਾ ਟੈਨਸ਼ਨ ਜੀ ਬਣੀ ਖੜੀ ਆ ਤੇ ਅੱਲਾ ਨੇ ਮਿਹਰਬਾਨੀ ਕੀਤੀ ਆ ਕਿ ਰਾਤੀ ਜਿੱਦਾ ਗੜੇ ਆਏ ਆ ਜ਼ਿਲ੍ਹਾ ਖਾਨੇਵਾਲ ਤਹਿਸੀਲ ਜਹਾਨੀਆਂ ਦੇ ਵਿੱਚ ਜਾਂ ਤਹਿਸੀਲ ਕਬੀਰਾਲਾ ਜਮੀਆਂ ਤਹਿਸੀਲ ਮੀਆਂ ਚੰਨੂ ਦੇ ਵਿੱਚ ਕਾਫੀ ਜ਼ਿਆਦਾ ਆਏ ਆ ਲੇਕਿਨ ਸਾਡੇ ਕੁਝ ਇੱਥੇ ਬਚਤੇ ਰਹੀ ਆ ਤੇ ਬਾਕੀ ਤੁਹਾਨੂੰ ਆਪਾਂ ਅਗਲੀ ਫੀਲਡ ਵੀ ਦਿਖਾਉਣੇ ਕਿ ਉਹ ਆਪਣੀ ਫੀਲਡ ਕਿੱਦਾਂ ਵਾ ਕਿਵੇਂ ਆ ਉਹ ਬਚੀ ਆ ਜਾਂ ਨਹੀਂ ਬਚੀ ਆ ਤਾਂ ਭਾਈ ਜੀ ਵੀ ਆਪਣੀ ਦੂਜੀ ਕਾਨਕ ਸੀ ਨਾ ਜਿਹੜੀ ਉਹ ਤੁਹਾਨੂੰ ਪਹਿਲੇ ਉਹ ਖੇਤਰੀ ਦਿਖਾਈ ਆ ਆ ਖੇਤਰੀ ਆ ਅਗੇਤੀ ਦਾ ਮਕਸਦ ਇਹ ਕਿ ਮਾਸ਼ਾਅੱਲਾ ਪੱਕੀ ਪਈ ਸੀ ਅੱਲਾ ਦੇ ਫਜ਼ਲ ਨਾਲ ਅੱਲਾ ਦੇ ਕਰਮ ਨਾਲ ਅਲਹਮਦੁਲਿਲਾ ਪੱਕ ਗਈ ਸੀ ਕਣਕ ਸੋਹਣੀ ਸੀ ਭਾਰੀ ਸੀਗੀ ਲੇਕਿਨ ਇਹ ਵੀ بارش ਨਾਲ ਤੇ ਨੇਰੀ ਨਾਲ ਦੇਖੋ ਨਾ ਕਾਫੀ ਨੁਕਸਾਨ ਹੋ ਗਿਆ ਵਾ ਤੇ ਬੜੀ ਪਰੇਸ਼ਾਨੀ ਜੀ ਬਣਦੀ ਆ ਦੇਖ ਕੇ ਨਾ ਕਣਕਾਂ ਲੈਣਾ ਬੜਾ ਨਾ ਦਿਲ ਪਰੇਸ਼ਾਨ ਹੁੰਦਾ ਵਾ ਲੇਕਿਨ ਭਾਈ ਜੀ ਗੱਲ ਇਹ ਆ ਕਿ ਅੱਲਾ ਤਾਲਾ ਦਾ ਕੰਮ ਆ ਜੋ ਲਾ ਤਾਲਾ ਕਰਦਾ ਬਿਹਤਰ ਕਰਦਾ ਇਹ ਨਹੀਂ ਕਿ ਉਹ ਅੱਲਾ ਤਾਲਾ ਬਿਹਤਰ ਨਹੀਂ ਕਰਦਾ ਜੋ ਵੀ ਕਰਦਾ ਬਿਹਤਰ ਕਰਦਾ ਉਹਦੇ ਚ ਹੀ ਫਾਇਦਾ ਵਾ ਜੋ ਉਹਨਾਂ ਨੂੰ ਮੰਨਜ਼ੂਰ ਆ ਉਹ ਹੀ ਬਾਈ ਜੀ ਆਪਾਂ ਨੂੰ ਮੰਨਜ਼ੂਰ ਆਓ ਚੱਲੀਏ ਅੱਗੇ ਤੁਹਾਨੂੰ ਕਿਹੜੀ ਸ਼ਾਇਦਾ ਵਿਜ਼ਿਟ ਕਰਾਉਨੇ ਆ ਉਹ ਵੀ ਤੁਹਾਨੂੰ ਕਿਸੇ ਸ਼ਾਇਦਾ ਵਿਜ਼ਿਟ ਕਰਾਉਨੇ ਅੱਗੇ ਆਓ ਚੱਲੀਏ ਜੀ ਹਾਂ ਜੀ ਜੀ ਦੇਖੋ ਨਾ ਵੀ ਆ ਜਿਹੜੇ ਇਹ ਵੀ ਖੇਤ ਉਹਨਾਂ ਦੇ ਖੇਤਾਂ ਦੇ ਨਾਲ ਦੇ ਸੀਗੇ ਇਹ ਸਾਰੇ ਦੇਖੋ ਨਾ ਇੱਕੋ ਜਿਹੀ ਹੋਏ ਪਏ ਆ ਇਹਦਾ ਤੁਹਾਨੂੰ ਦੁਬਾਰਾ ਵਿਜ਼ਿਟ ਕਰਾਉਣਾ ਫਿਰ ਅੱਗੇ ਵੀ ਤੁਹਾਨੂੰ ਲੈ ਕੇ ਜਾਣਾ ਉਹ ਵੀ ਤੁਹਾਨੂੰ ਦਿਖਾਉਣਾ ਕਾਣਕ ਸਾਰੀ ਖੜੀ ਸੀ ਬੜੀ ਸੋਹਣੀ ਸੀ ਬੜੀ ਅੱਛੀ ਸੀ ਬੜੀ ਪਿਆਰੀ ਸੀ ਲੇਕਿਨ ਇਹ ਨੇਰੀ ਨਾਲ بارش ਨਾਲ ਗੜਿਆ ਨਾਲ ਡਿੱਗ ਪਈ ਆ ਹਾਂਜੀ ਜੀ ਬਾਈ ਜੀ ਮੇਰੇ ਚੜਦੇ ਪੰਜਾਬ ਵਾਲੇ ਸਰਦਾਰ ਜੀ ਵੀ ਰੂਹਣੀ ਹੋ ਗਿਆ ਚੜਦੇ ਪੰਜਾਬ ਵਾਲਿਆਂ ਨੂੰ ਸਲਾਮ ਹੋ ਗਿਆ ਬਾਈ ਜੀ ਤੁਹਾਨੂੰ ਚੜਦੇ ਪੰਜਾਬ ਵਾਲਿਆਂ ਨੂੰ ਆਈ ਲਵ ਯੂ ਹੋ ਗਿਆ ਟੇ ਟੇ ਮੁਹੱਬਤਾਂ ਤੁਹਾਡੀਆਂ ਪਿਆਰ ਆ ਖਲਾਕ ਆ ਬਾਈ ਜੀ ਸਸਰੀਕਾਲ ਹੋ ਗਿਆ ਬਾਈ ਜੀ ਤੁਹਾਨੂੰ ਚੜਦੇ ਪੰਜਾਬ ਵਾਲਿਆਂ ਨੂੰ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਹੋ ਗਿਆ ਯੂਰਪ ਵਾਲਿਆਂ ਨੂੰ ਕੈਨੇਡਾ ਵਾਲਿਆਂ ਨੂੰ ਤੁਰਕੀ ਵਾਲਿਆਂ ਨੂੰ ਦੁਬਈ ਵਾਲਿਆਂ ਨੂੰ ਸਾਊਦੀ ਵਾਲਿਆਂ ਨੂੰ ਜਿੰਨੇ ਮੇਰੇ ਪਾਕਿਸਤਾਨ ਤੋਂ ਭਰਾ ਗੈਰ ਮੁਲਕ ਗਏ ਹੋਈ ਆਪਣੀ ਤਰਫੋਂ ਬਾਈ ਜੀ ਸਾਰਿਆਂ ਨੂੰ ਸਲਾਮ ਹੋ ਗਿਆ ਤੇ ਬਾਕੀ ਬਾਈ ਜੀ ਤੁਹਾਨੂੰ ਆਪਾਂ ਛੋਟੇ ਜਿਹੇ ਬਾਗ ਦਾ ਇਹਦਾ ਵੀ ਵਿਜ਼ਿਟ ਕਰਾਈ ਜਾਂਦੇ ਵੀ ਬਾਈ ਜੀ ਵੀ ਵੀਜ਼ਿਟ ਕੀ ਕਰਾਈ ਜਾਂਦੇ ਆ ਵੀ ਮਾਸ਼ੱਲਾ ਫਰੂਟਿੰਗ ਤਾਂ ਮਾਸ਼ੱਲਾ ਵੀ ਬੂਟੇ ਸੋਹਣੀ ਲਈ ਹੁੰਦੇ ਆ ਫਲ ਵੀ ਸੋਹਣਾ ਲਈ ਹੁੰਦੇ ਆ ਦੇਖੋ ਨਾ ਲੇਕਿਨ ਇਹ ਆ ਕਿ ਵੈਸੇ ਮੇਰੇ ਕੋਲ ਥੋੜੀ ਜੀ ਗਫਲਤ ਹੋ ਗਈ ਐ ਕਿ ਥੋੜੀ ਜੀ ਵੀ ਕੀ ਵੀ ਕਾਫੀ ਜ਼ਿਆਦਾ ਹੀ ਹੋ ਗਈ ਆ ਕੁਛ ਟਾਈਮ ਵੀ ਨਹੀਂ ਵੀ ਨਹੀਂ ਸੀ ਮੇਰੇ ਕੋਲ ਹੈਗਾ ਤੇ ਕੁਛ ਮੇਰੇ ਕੋਲ ਸੋਕਾ ਨਿਕੜਾ ਹੋਇਆ ਤੇ ਗੋਡੀ ਵੀ ਨਹੀਂ ਹੈ ਜਿੱਤੇ ਕਰਾਈ ਆਪਾਂ ਜਿਹੜੇ ਦੂਸਰੇ ਪੌਦੇ ਸੀ ਯਾਨੀ ਕਿ ਦੂਸਰੇ ਆਪਣੇ ਉਧਰਲੇ ਵਿਗੇ ਦੇ ਕਿਲੇ ਦੇ ਵਿੱਚ ਸੀ ਜਾਂ ਵਿਗੇ ਦੇ ਵਿੱਚ ਸੀਗੇ ਉਹਨਾਂ ਦੇ ਉਹਨਾਂ ਨੂੰ ਆਪਾਂ ਚੂਨਾ ਵੀ ਮਰਵਾਤਾ ਸੀ ਗੋਡੀ ਵੀ ਕਰਾਤੀ ਸੀ ਖਾਦ ਵੀ ਪਵਾਤੀ ਸੀ ਯਾਨੀ ਕਿ ਉਹ ਆਪਾਂ ਟੋਟਲੀ ਮੁਕੰਮਲ ਕੰਮ ਕਰ ਦਿੱਤਾ ਸੀਗਾ ਆਪਾਂ ਜਿਹੜਾ ਇੱਥੋਂ ਵਾਲਾ ਸੀਗਾ ਇਹ ਰੰਦਾ ਸੀਗਾ ਲੇਕਿਨ ਇਹ ਆਪਾਂ ਕਰਾਇਆ ਨਹੀਂਗਾ ਹੁਣ ਇਹ ਵੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅੱਲਾ ਦੇ ਫਜ਼ਲ ਨਾਲ ਅੱਲਾ ਦੇ ਕਰਮ ਨਾਲ ਅਲਹਮਦੁਲਿਲਾ ਇਹ ਵੀ ਆਪਾਂ ਬਾਈ ਜੀ ਹੁਣ ਕਰਾਵਾਂਗੇ ਤੁਹਾਨੂੰ ਅੱਗੇ ਕੁਝ ਹੋਣ ਵਿਜ਼ਿਟ ਕਰਾਉਣੇ ਲੈ ਕੇ ਚੱਲਦੇ ਅੱਗੇ ਆਓ ਚੱਲੀਏ ਜੀ ਹਾਂ ਜੀ ਜੀ ਕੁਸ਼ਤ ਬਾਜੀ ਬਾਈ ਜੀ ਵੀ ਆਪਾਂ ਨਾ ਇਹ ਬਰਸੀਨ ਵੀ ਵੀ ਬਾਗ ਦੇ ਵਿੱਚ ਹੀ ਇਹ ਬੀਜਿਆ ਹੋਇਆ ਕਿਲਾ ਕ ਬਾਗ ਦਾ ਇਸ ਸਾਈਡ ਤੇ ਕੋਈ ਵਿੱਗਾ ਪਰਲੀ ਸਾਈਡ ਤੇ ਆ ਉਹਦੇ ਵਿੱਚ ਵੀ ਬਰਸੀਨ ਹੀ ਪੱਠੇ ਬੀਜੇ ਹੋਏ ਆ ਇਦੇ ਵਿੱਚ ਵੀ ਆਪਾਂ ਪੱਠੇ ਬੀਜੇ ਹੋਏ ਆ ਤੇ ਲੇਕਿਨ ਇਹਨਾਂ ਨੂੰ ਵੇਖੋ ਸੁੰਡੀ ਹਲਕੀ ਹਲਕੀ ਪਈ ਆ ਤੇ ਉਹਦਾ ਬਾਈ ਜੀ ਆਪਾਂ ਵੈਸੇ ਜਲਦੀ ਜਲਦੀ ਮਾਲ ਨੂੰ ਚਰਵਾ ਲੈਣੇ ਆ ਵੀ ਖਵਾ ਦੇਣੇ ਆ ਇਸ ਵਾਸਤੇ ਆਪਾਂ ਸਪਰੇ ਨਹੀਂ ਕੀਤੀ ਤੇ ਮੈਂ ਆਪਦੇ ਜੱਟਾਂ ਜ਼ਿੰਮੇਦਾਰਾਂ ਭਰਾਵਾਂ ਨੂੰ ਦੂਸਰਿਆਂ ਨੂੰ ਤਾਂ ਗੱਲਾਂ ਕਰਦਾ ਰਹਾ ਜਿੰਨਾ ਵੀ ਵੀ ਸਪਰੇ ਕਰੋ ਲੇਕਿਨ ਆਪਾਂ ਨਹੀਂ ਕੀਤੀ ਆਪਾਂ ਐਸੇ ਵਜ੍ਹਾ ਤੋਂ ਨਹੀਂ ਕੀਤੀ ਕਿ ਆਪਾਂ ਇਹਨਾਂ ਨੂੰ ਖਵਾ ਲੈਣਾ ਵਾ ਇਹਦੇ ਇੱਕ ਦੋ ਦਿਨਾਂ ਤੱਕਰੇ ਮੁੱਕ ਜਾਣੇ ਤੇ ਅਗਲਾ ਲੋ ਉਹ ਠੀਕ ਆ ਉਹ ਮਾਸ਼ਾਅੱਲਾ ਅਲਹਮਦੁਲਿਲਾ ਠੀਕ ਦੇਖੋ ਕਬਾਈ ਜੀ ਮਾਸ਼ਾਅੱਲਾ ਖੂਬਸੂਰਤੀ ਨਾਲ ਅੱਛਾ ਬਰਸੀਨ ਖੜਾ ਸੋਨਾ ਖੜਾ ਤੇ ਬਾਈ ਜੀ ਖਰਾਕ ਵੀ ਆਪਾਂ ਚੰਗੀ ਸੋਣੀ ਰੱਖੀ ਪਾਈਦੀ ਆ ਭਾਵਾਂ ਕੋਈ ਵੀ ਫਸਲ ਹੋਵੇ ਅੱਲਾਹ ਤਾਲਾ ਨਹੀਂ ਕਰਨੀ ਹੁਣ ਰੋਜ਼ੀ ਨਸੀਬ ਮੁਕੱਦਰ ਅੱਲਾਹ ਤਾਲਾ ਨਹੀਂ ਦੇਣਿਆ ਜੋ ਅੱਲਾਹ ਤਾਲਾ ਨੇ ਲਿਖਿਆ ਉਹ ਹੀ ਲਾਬਦਾ ਕਿਸਮਤ ਚੋ ਲੇਕਿਨ ਆਪਾਂ ਬਾਈ ਜੀ ਨਾ ਖਰਚਾ ਜਿਹੜਾ ਵਾ ਉਹ ਅੱਲਾਹ ਦੇ ਫਜ਼ਲ ਨਾਲ ਅੱਲਾਹ ਦੇ ਕਰਮ ਨਾਲ ਅਲਹਮਦੁਲਿਲਾ ਵੀ ਚੰਗਾ ਕਰੀਦਾ ਮਾੜਾ ਨਹੀਂ ਕਰੀਦਾ ਇਸ ਵਾਸਤੇ ਕੇ ਬਾਈ ਜੀ ਠੇਕੇ ਵੀ ਕਾਫੀ ਜ਼ਿਆਦੇ ਆ ਮਹਿੰਗੇ ਹੋਏ ਆ ਲੇਕਿਨ ਇਹ ਦਾ ਆਪਣੇ ਜ਼ਾਤੀ ਆ ਤੇ ਕੁਛ ਆਪਣੇ ਕੋ ਠੇਕੇ ਤੇ ਵੀ ਆ ਤੇ ਫਿਰ ਉਸ ਹਾਬ ਨਾਲ ਉਹ ਠੇਕੇ ਆਲ ਵੀ ਉਨਾ ਹੀ ਖਰਚਾ ਕਰਦੀ ਦਾ ਘਰ ਵਾਲੇ ਪਾਸ ਵੀ ਵੀ ਜਿਹੜੇ ਆ ਉਨਾ ਹੀ ਖਰਚਾ ਕਰੀਦਾ ਵਾ ਤੇ ਹੁਣ ਅੱਗੇ ਤੁਹਾਨੂੰ ਕੁਛ ਦਿਖਾਉਣੇ ਆ ਉਹਦਾ ਵਿਜ਼ਿਟ ਕਰਾਉਣੇ ਆ ਕਿਹੜੀ ਸ਼ਾਇਦਾ ਕਰੋਨੇ ਆ ਆਓ ਚੱਲੀਏ ਅੱਗੇ ਹੁਣ ਇਹ ਦੇਖੋ ਬਾਈ ਜੀ ਤੁਹਾਨੂੰ ਆਪਾਂ ਪਿਛਲੀਆਂ ਵੀਡੀਓ ਡਾਊਨਲੋਡ ਕਰਦੇ ਰਹੇ ਆ ਇਸੇ ਕਾਨਕ ਦੀਆਂ ਹੀ ਕਰਦੇ ਰਹੇ ਆ ਇਸੇ ਬੀ ਦੀਆਂ ਹੀ ਲੈਲਪੁਰ 2008 ਬੀ ਮਾਂ ਬੋਲੀ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਵੀ ਫੈਸਲਾਬਾਦ ਹੁਣ ਤਾਂ ਕਹਿ ਦਿੰਦੇ ਨਾ ਤੇ ਪਹਿਲੇ ਪਹਿਲੇ ਲੈਲ ਲੈਲਪੁਰ ਕਹਿੰਦੇ ਸੀ ਨਾ ਵੀ ਫੈਸਲਾਬਾਦ ਨੂੰ ਉਹ ਹੀ ਬੀਬੀ ਜੈ ਸੀਗਾ ਤੇ ਲੇਕਿਨ ਡਿਗ ਪਿਆ ਵਾ ਕਾਫੀ ਤੇ ਕੋਈ ਨਹੀਂ ਅੱਲਾ ਖੈਰ ਕਰੂਗਾ ਜਿਹੜੀ ਨਸੀਬਾ ਮੁਕੱਦਰ ਆਂਦੀ ਆ ਰੋਜ਼ੀ ਰੋਟੀ ਅੱਲਾ ਤਾਲਾ ਨੇ ਉਹ ਦੇ ਦੇਣੀ ਆ ਬਾਕੀ ਆ ਦੇਖ ਹੁਣ ਆ ਮਾਸ਼ਾ ਅੱਲਾ ਕਿਦਾਂ ਬਰਾਬਰ ਖੜੀ ਇੱਕੋ ਜੀ ਖੜੀ ਦੇਖੋ ਨਾ ਮਾਸ਼ਾ ਅੱਲਾ ਕਣਕ ਸੋਣੀ ਖੜੀ ਆ ਅੱਚੀ ਖੜੀ ਪਿਆਰੀ ਖੜੀ ਆ ऐसे तरीके ਨਾਲ ਹੀ ਅੱਗੇ ਖੜੀ ਸੀ ਲੇਕਿਨ ਹੁਣ ਭਾਈ ਜੀ ਇਹ ਸਾਰੀ ਪਈ ਆ ਡਿਗ ਤੇ ਕੁਛ ਸਾਰੀ ਕੀ ਵੀ ਤੁਹਾਨੂੰ ਆਪਾਂ ਭਾਈ ਜੀ ਸਾਰੀ ਦੇ ਚੱਕਰ ਕਢਾ ਦਿੰਨੇ ਆ ਦੇਖੋ ਨਾ ਸਾਰੀ ਦੇ ਚੱਕਰ ਤੁਹਾਨੂੰ ਆਪਾਂ ਟੋਟਲੀ ਘੜਵਾ ਦਿੰਨੇ ਆ ਵਿੱਚ ਡਿਗੀ ਵੀ ਆ ਵਿੱਚ ਖੜੀ ਵੀ ਆ ਇਸੇ ਤਰੀਕੇ ਨਾਲ ਹੀ ਆ ਬਾਕੀ ਜੋ ਮੇਰੇ ਅੱਲਾ ਨੂੰ ਮਨਜ਼ੂਰ ਕਬੂਲ ਆ ਤੇ ਭਾਈ ਜੀ ਗੱਲ ਇਹ ਆ ਕਿ ਵੀਡੀਓ ਸਾਰੀ ਦੇਖੋ ਵੀਡੀਓ ਛੋਟਾ ਨਾ ਕਰਿਆ ਕਰੋ ਤੈਨੂੰ ਚੰਗੀ ਲੱਗੇ ਅੱਛੀ ਲੱਗੇ ਸੋਹਣੀ ਲੱਗੇ ਤੇ ਸ਼ੇਅਰ ਵੀ ਲਾਜ਼ਮੀ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਫੋਲੋ ਵੀ ਕਰਦਿਆ ਕਰੋ ਕਮੈਂਟ ਵੀ ਕਰਿਆ ਕਰੋ ਕਮੈਂਟ ਦੇ ਵਿੱਚ ਸਲਾਹ ਦਾ ਹਜ਼ਾਰ ਹਜ਼ਾਰ ਵੀ ਭਾਈ ਜੀ ਦੱਸਿਆ ਕਰੋ ਕੋਈ ਵੀ ਭਾਈ ਜੀ ਬੰਦੇ ਕੋ ਗਲਤੀ ਕਿਤਾਈ ਹੁੰਦੀ ਆ ਉਹ ਵੀ ਦੱਸਿਆ ਕਰੋ ਕਮੈਂਟ ਦੇ ਵਿੱਚ لازਮੀ। ਬੀ ਹਾਂਜੀ ਜੀ ਭਾਈ ਜੀ ਵੀ ਕੋਈ ਵੀ ਗਲਤੀ ਕਿਤਾਈ ਬੰਦੇ ਕੋਲ ਹੁੰਦੀ ਆ ਕਮੈਂਟ ਦੇ ਵਿੱਚ ਤੁਸੀਂ ਮੇਰੇ ਵੀਰ ਮੇਰੇ ਮਿੱਤਰ ਜਿਹੜੇ ਆ ਜਿੰਨੇ ਵੀ ਆ ਉਹ ਮੈਨੂੰ ਦੱਸਿਆ ਕਰੋ ਚਾਹੇ ਚੜ੍ਹਦੇ ਪੰਜਾਬ ਦੇ ਆ ਚਾਹੇ ਲੈਂਦੇ ਪੰਜਾਬ ਦੇ ਆ ਚਾਹੇ ਗੈਰ ਮੁਲਕਾਂ ਦੇ ਆ ਚਾਹੇ ਮੇਰੇ ਪਾਕਿਸਤਾਨ ਦੇ ਭਰਾ ਗੈਰ ਮੁਲਕਾਂ ਚ ਗਏ ਹੋਏ ਆ ਅਗਰ ਉਹ ਵੀਡੀਓ ਮੇਰੀ ਵੇਖਦੇ ਤੇ ਉਹ ਵੀ ਭਾਈ ਜੀ ਕਮੈਂਟ ਦੇ ਵਿੱਚ لازਮੀ ਦੱਸਿਆ ਕਰੋ ਤੇ ਭਾਈ ਜੀ ਜਿਹੜੀਆਂ ਮੇਰੇ ਨਵੇਂ ਮੇਰੇ ਮਿੱਤਰ ਮੇਰੇ ਦੋਸਤ ਮੇਰੇ ਭਰਾ ਮੇਰੇ ਵੀਰ ਨਵੀਆਂ ਨਵੀਆਂ ਮੇਰੀਆਂ ਵੀਡੀਓ ਵੇਖਦੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰ ਲੋ ਫੋਲੋ ਕਰ ਲੋ ਕਮੈਂਟ ਦੇ ਵਿੱਚ ਸਲਾਦਾਜ਼ਾਰ لازਮੀ ਦੱਸੋ ਜਿਹੜੇ ਮੇਰੇ ਵੀਰ ਮੇਰੇ ਮਿੱਤਰ ਮੇਰੀਆਂ ਪ੍ਰਾਣੀਆਂ ਵੀਡੀਓ ਦੇਖਦੇ ਚਾਹੇ ਚੜ੍ਹਦੇ ਪੰਜਾਬ ਵਾਲੇ ਆ ਚਾਹੇ ਲੈਂਦੇ ਪੰਜਾਬ ਵਾਲੇ ਆ ਅਗਰ ਉਹਨਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਉਹ ਵੀ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਲਾਈਕ ਕਰਨ ਫੋਲੋ ਕਰਨ ਕਮੈਂਟ ਦੇ ਵਿੱਚ ਸਲਾਦਾਜ਼ਾਰ لازਮੀ ਦੱਸਣ ਤੇ ਭਾਈ ਜੀ ਆਸਤਾ ਦੇਣੇ ਬੈਲ ਦਾ ਵੀ ਨਿਸ਼ਾਨ ਦਬਾ ਦਿਆ ਕਰੋ ਕਿਉਂਕਿ ਜਿਹੜੀ ਵੀ ਵੀਡੀਓ ਮੈਂ ਡਾਊਨਲੋਡ ਕਰਾਂ ਤੁਹਾਡੇ ਤਿੱਕਰ ਆਉਂਦੀ ਰਹ ਜਵੇ ਜੀ ਹਾਂਜੀ ਜੀ ਬਾਈ ਜੀ ਤੇ ਵੀਡੀਓ ਹੁੰਦੀ ਜਾਂਦੀ ਲੰਮੀ ਆਪ ਵੀਡੀਓ ਇੱਥੇ ਖਤਮ ਕਰਦੇ ਪੈ ਭਾਈ ਜੀ ਆਪਣਾ ਖਿਆਲ ਰੱਖਣਾ ਦੁਆਵਾਂ ਚ ਮੈਨੂੰ ਯਾਦ ਰੱਖਣਾ ਅੱਲਾ ਹਾਫਿਜ਼